ਸਾਡੇ ਇੰਗਲੈਂਡ ਦੇ ਵਿੱਚ ਬਹੁਤ ਸੋਹਣੇ ਹਸਪਤਾਲ ਹੈ, ਸਾਡੇ ਵੀ ਸਰਵਾਈਵਲ ਰੇਟ ਹੈ ਨਹੀਂਗਾ। ਹਾਲਾਂਕਿ ਕੈਂਸਰ ਅਸੀਂ ਪਹਿਲੀ ਸਟੇਜ ਫੜਿਆ ਜਾਂਦਾ ਉੱਥੇ, ਅਤੇ ਪੰਜਾਬ ਦੇ ਵਿੱਚ 70% ਲੋਕਾਂ ਨੂੰ ਕੈਂਸਰ ਥਰਡ ਸਟੇਜ ਪਤਾ ਲੱਗਦਾ। ਥਰਡ ਸਟੇਜ ਤੋਂ ਬਾਅਦ ਦੋਸਤੋ ਮੌਤ ਹੈ। 12,783 ਪਿੰਡ ਹੈ ਜੀ ਪੰਜਾਬ ਦਾ, ਅਤੇ 33,500 ਗੁਰਦੁਆਰਾ, 3-4 ਗੁਰਦੁਆਰੇ ਇੱਕ ਪਿੰਡ 'ਚ, ਇੱਕ ਮੰਦਰ ਵੀ ਹੈ, ਅਤੇ ਕਈ ਜਿਵੇਂ ਜਿੱਥੇ ਮੁਸਲਮਾਨ ਕਮਿਊਨਿਟੀ ਉੱਥੇ ਇੱਕ ਮਸਜਿਦ ਵੀ ਹੈ, ਠੀਕ ਹੈ, ਡਿਸਪੈਂਸਰੀ ਹੈ ਨਹੀਂ ਪਿੰਡ 'ਚ। ਫਿਰ ਜੇ ਕੋਈ ਬਿਮਾਰ ਹੋ ਗਿਆ ਉੱਥੇ ਲੈ ਜਾਓ, ਗੁਰਦੁਆਰੇ ਜਾਂ ਮੰਦਰ ਲੈ ਜਾਓ। ਮੈਂ ਕੀ ਤੁਹਾਡੇ ਨਾਲ ਦੁੱਖ ਰੋਵਾਂ, ਤੁਸੀਂ ਸਾਰਾ ਸਿਸਟਮ ਖਰਾਬ ਕਰੀ ਬੈਠੇ ਹੋ, ਅਤੇ ਮੰਦਰਾਂ ਗੁਰਦੁਆਰਿਆਂ 'ਚ ਟੱਲੀਆਂ ਕੁੱਟ ਕੇ ਕੈਂਸਰ ਨਹੀਂ ਠੀਕ ਹੋਣਾ, ਇਹ ਯਾਦ ਰੱਖ ਲਓ। ਮੈਂ ਮੇਲ ਇਜ਼ ਪ੍ਰੈਜੀਡੈਂਟ ਬਹੁਤ ਘੱਟ, ਮੈਂ ਫੀਮੇਲ ਦੇਖਦੀ ਹਾਂ, ਸੁਬਾਹ ਸੈਰ ਕਰਨ ਦੇ ਸਾਰੇ ਮੁੰਡੇ ਹੁੰਦੇ ਆ। ਵਾਈਫ ਨਹੀਂ ਜੀ, ਉਹਨੇ ਰੋਟੀ ਪਕਾਉਣੀ, ਬੱਚੇ ਸਕੂਲ ਭੇਜਣੇ, ਨਾਲੇ ਬੁੱਢੇ ਮਾਂ ਬਾਪ ਨੂੰ ਚਾਹ ਦੇਣੀ, ਹਸਬੈਂਡ ਆਣ ਕੇ ਸੈਰ ਕਰ। ਮੇਰੀ ਸ਼ਰਟ ਨਹੀਂ ਪ੍ਰੈਸ ਕੀਤੀ, ਇਹ ਤੇਰੀ ਸਲੇਬ ਆ, ਉਹਦੇ ਵੀ ਉਹਨੇ ਰਾਈਟ ਆ। ਮੈਂ ਦੇਖਦਾ ਪਾਰਕਾਂ 'ਚ ਮੇਲ ਸੈਰ ਕਰਦੇ ਫਿਰਦੇ ਆ, ਭੱਜੇ ਵਾਈਫ ਨੂੰ ਵੀ ਲੈ ਕੇ ਆਇਆ, ਠੀਕ ਹੈ। ਵਾਈਫ ਸਫਰਿੰਗ ਮੋਰ, ਵੀ ਮੇਰੇ ਘਰ 'ਚ ਸਾਰੇ ਖੰਘੀ ਜਾਂਦੇ, ਫਿਰ ਮੰਨਣ ਨੂੰ ਤਿਆਰ ਨਹੀਂ, ਫਿਰ ਨਹੀਂ ਸਟੋਪ ਹੋ ਰਹੇ। ਕਿਸਾਨ ਵੀਰ ਆ ਕਹਿੰਦੇ ਮੇਰੇ ਕੋਲ ਕੋਈ ਚੋਇਸ ਨਹੀਂ, ਕਿ ਕਿਉਂ ਨਹੀਂ ਚੋਇਸ, ਵੀ ਅੱਗੇ ਨਹੀਂ ਹੁੰਦਾ ਸੀ, ਪਿਛਲੇ 3-4 ਸਾਲ ਤੋਂ ਕਿਉਂ ਇੰਨਾ ਹੋ ਗਿਆ। ਕਿਉਂਕਿ ਵੀਰ ਜੀ ਸਾਡੇ ਕੋਲ 18 ਈਅਰ 20 ਈਅਰ ਦਾ ਵਾਟਰ ਹੈ, ਬਿਲਕੁਲ, ਅਤੇ ਉਹ ਵੀ ਬੜੀ ਸਪੀਡ ਨਾਲ, ਸ਼ਾਇਦ 10 ਸਾਲ 'ਚ ਹੀ ਖਤਮ ਹੋ ਜਾਵੇ, ਔਰ ਜੋ ਹੈ ਉਹ ਪੋਲਿਊਟਡ ਹੈ। ਪੋਲਿਊਟਡ ਹੈ, ਓਕੇ, ਉਸ ਤੋਂ ਬਿਨਾਂ ਜਦੋਂ ਖਤਮ ਹੋ ਗਿਆ ਫਿਰ ਝੋਨਾ ਲਾਉਣਾ ਹਟ ਜਾਓਗੇ, ਫਿਰ ਆਪੇ ਬੰਦ ਕਰੋ, ਊਂ ਨਹੀਂ ਹਟਣਾ ਤੁਸੀਂ, ਉਹ ਰੱਬ ਨੇ ਆਪੇ ਜੋ ਪਾਣੀ ਖੋਲ ਲੈਣਾ ਥੋਤੋਂ, ਜਦੋਂ ਤੁਸੀਂ ਡੈਜ਼ਰਟ ਬਣ ਗਿਆ ਫਿਰ ਹਟੋਗੇ। ਜਗਬਾਣੀ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਹਾਂ ਜਤਿਨ ਕੁਮਾਰ ਸ਼ਰਮਾ। ਅੱਜ ਪੰਜਾਬ ਕੇਸਰੀ ਅਤੇ ਜਗਬਾਣੀ ਆਫਿਸ ਦੇ ਹੈੱਡ ਆਫਿਸ ਦੇ ਵਿੱਚ ਸਾਡੇ ਨਾਲ ਕੁਲਵੰਤ ਸਿੰਘ ਧਾਲੀਵਾਲ ਜੀ ਮੌਜੂਦ ਨੇ, ਜੋ ਕਿ ਵਰਲਡ ਕੈਂਸਰ ਕੇਅਰ ਔਰਗਨਾਈਜੇਸ਼ਨ ਆ, ਉਸਦੇ ਗਲੋਬਲ ਬ੍ਰਾਂਡ ਅੰਬੈਸਡਰ ਨੇ। ਉਹਨਾਂ ਨਾਲ ਅਸੀਂ ਕੁਝ ਸਮਾਂ ਪਹਿਲਾਂ ਵੀ ਗੱਲਬਾਤ ਕੀਤੀ ਸੀ। ਸੁਲਤਾਨਪੁਰ ਲੋਧੀ ਦੇ ਵਿੱਚ 550ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ, ਉਹਨਾਂ ਨੇ ਉੱਥੇ ਇੱਕ ਖਾਸ ਤਰੀਕੇ ਦਾ ਲੰਗਰ ਵੀ ਲਗਾਇਆ, ਜਿੱਥੇ ਸਾਰਿਆਂ ਨੇ ਖਾਣ ਪੀਣ ਦੀਆਂ ਵਸਤੂਆਂ ਦੇ ਲੰਗਰ ਲਗਾਉਂਦੇ ਨੇ, ਤਾਂ ਉਹਨਾਂ ਨੇ ਮੈਡੀਸਨ ਦਾ ਲੰਗਰ ਲਗਾਇਆ। ਅਸੀਂ ਪਹਿਲਾਂ ਵੀ ਗੱਲਬਾਤ ਕੀਤੀ ਸੀ ਕੈਂਸਰ ਦੇ ਉੱਤੇ, ਜੋ ਕਿ ਇੱਕ ਬੜੀ ਹੀ ਖਤਰਨਾਕ ਅਤੇ ਨਾਮੁਰਾਦ ਬਿਮਾਰੀ ਕਹੀ ਜਾਂਦੀ ਹੈ, ਲੇਕਿਨ ਇਸਦਾ ਇਲਾਜ ਸੰਭਵ ਹੈ ਅਗਰ ਤੁਸੀਂ ਸਮੇਂ ਸਿਰ ਇਸ ਨੂੰ ਪਛਾਣ ਲਵੋ। ਸਰ, ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਥੈਂਕ ਯੂ ਜੀ। ਅਸੀਂ ਗੱਲ ਕਰ ਰਹੇ ਸੀ ਕੈਂਸਰ ਦੀ, ਬਿਲਕੁਲ, ਕਈ ਤਰੀਕੇ ਦਾ ਕੈਂਸਰ ਤੁਸੀਂ ਸਾਨੂੰ ਦੱਸਿਆ, ਗਲੇ ਦਾ ਹੋ ਗਿਆ, ਟੰਗ ਦਾ ਹੋ ਗਿਆ, ਹਾਲਾਂਕਿ ਬਹੁਤ ਤਰੀਕੇ ਦੇ ਕੈਂਸਰ ਨੇ, ਸਾਨੂੰ ਸਕਿਨ ਕੈਂਸਰ ਵੀ ਹੁੰਦਾ ਜਾਂ ਬਲੱਡ ਕੈਂਸਰ ਵੀ ਹੁੰਦਾ, ਬੋਨ ਕੈਂਸਰ ਹੋ ਜਾਂਦਾ, ਆਖਿਰਕਾਰ ਇਹਦਾ ਸਭ ਤੋਂ ਪਹਿਲਾਂ ਕਾਰਨ ਕੀ ਆ, ਮੂਲ ਕਾਰਨ ਕੀ ਹੈਗਾ? ਵੀ ਜੀ ਦੇਖੋ, ਪੋਲਿਊਸ਼ਨ ਵੀ ਇੱਕ ਕਾਰਨ ਹੈ, ਠੀਕ ਹੈ, ਹੋਰ ਬੜੇ ਕਾਰਨ। ਆਪਾਂ ਛਾਤੀ ਦੇ ਕੈਂਸਰ ਦੀ ਗੱਲ ਕਰਦੇ ਹਾਂ, ਦੋਨੇ ਜਣੇ ਜਦੋਂ ਤੁਹਾਡਾ ਜਨਮ ਹੋਇਆ ਸੀ ਜਾਂ ਮੇਰਾ ਜਨਮ ਹੋਇਆ ਸੀ, ਆਪਣੀਆਂ ਮਾਵਾਂ ਨੇ ਆਪਾਂ ਨੂੰ ਛਾਤੀ ਤੋਂ ਦੁੱਧ ਪਿਲਾਇਆ ਸੀ, ਆਪਾਂ ਬ੍ਰੈਸਟ ਕੈਂਸਰ ਦੀ ਗੱਲ ਕਰਦੇ ਹਾਂ, ਠੀਕ ਹੈ। ਬ੍ਰੈਸਟ ਫੀਡਿੰਗ ਇਜ਼ ਵੈਰੀ ਇੰਪੋਰਟੈਂਟ, ਜੋ ਮੇਰੀਆਂ ਭੈਣਾਂ ਮੈਨੂੰ ਸੁਣ ਰਹੀਆਂ। ਦੇਖੋ, ਇਹ ਦੁੱਧ ਬੱਚੇ ਲਈ ਬਣਾਇਆ ਰੱਬ ਨੇ, ਕੀ ਇਹਨੂੰ ਤੱਤਾ ਕਰਨਾ ਪੈਂਦਾ? ਨਹੀਂ। ਠੰਡਾ ਕਰਨਾ ਪੈਂਦਾ? ਨੇਚਰ, ਫਰਿੱਜ ਦੀ ਲੋੜ ਹੈ? ਕੁਛ ਵੀ ਨਹੀਂ। ਖੰਡ ਵੀ ਉੱਪਰੋਂ ਪਾ ਕੇ ਭੇਜਦਾ ਅਕਾਲ ਪੁਰਖ। ਬਿਲਕੁਲ। ਜਿਹੜੀ ਮਾਂ ਭੈਣ ਇਹਨੂੰ ਨਹੀਂ ਪਿਲਾਊਗੀ, ਇਟ ਮੀਨ ਸ਼ੀ ਪਲੇਇੰਗ ਵਿਦ ਨੇਚਰ। ਬਸ ਦੁੱਧ ਬੱਚੇ ਲਈ ਬਣਾਇਆ ਕਿ ਇਹਨੂੰ ਡੈਰੀ 'ਚ ਪਾਉਣਾ? ਬਿਲਕੁਲ, ਬੇਬੀ ਲਈ। ਰਾਈਟ, ਬੇਬੀ ਲਈ ਬਣਾਇਆ ਨਾ। ਜੇ ਤੁਸੀਂ ਆਪਣੀ ਬਿਊਟੀ ਲਈ ਬੱਚੇ ਦਾ ਦੁੱਧ ਖੋ ਰਹੀਆਂ, ਮੈਂ ਇੰਨੀ ਗਰੰਟੀ ਦੇ ਸਕਦਾ ਵੀ 80% ਤੁਹਾਨੂੰ ਬ੍ਰੈਸਟ ਕੈਂਸਰ ਨਹੀਂ ਹੋਏਗਾ, ਜਿਹੜੀਆਂ ਭੈਣਾਂ ਬ੍ਰੈਸਟ ਫੀਡਿੰਗ ਕਰਨਗੀਆਂ, ਠੀਕ ਹੈ। ਮੇ ਬੀ 20% ਛੱਡ ਦਿੱਤਾ ਜੇ ਤੁਹਾਡੀ ਫੈਮਿਲੀ ਹਿਸਟਰੀ ਆ ਕੋਈ, ਜੇ ਤੁਹਾਡੀ ਮਦਰ ਨੂੰ ਕੈਂਸਰ ਸੀਗਾ। ਇੱਕ ਬ੍ਰੈਸਟ ਕੈਂਸਰ ਦੀ ਗੱਲ ਕੀਤੀ ਹੈ, ਇੱਕ ਆਪਾਂ ਹੋਰ ਗੱਲ ਕਰ ਲੈਂਦੇ, ਮੂੰਹ ਦੇ ਕੈਂਸਰ ਦੀ ਗੱਲ ਕਰ ਲੈਂਦੇ। ਜਿਹੜੇ ਭੈਣ ਭਰਾ ਸਿਗਰਟ ਪੀਣਗੇ, ਤੰਬਾਕੂ ਖਾਂਦੇ ਆ, ਗੁਟਕਾ ਖਾਂਦੇ ਆ, ਮੂੰਹ ਦਾ ਕੈਂਸਰ ਹੋਏਗਾ, ਗਲੇ ਦਾ ਹੋਏਗਾ, ਜਿਹੜੇ ਸਿਗਰਟ ਪੀਂਦੇ ਆ, ਇੱਥੇ ਅਸੀਂ ਗਰੰਟੀ ਦਿੰਦੇ ਹਾਂ 100% ਹੋਏਗਾ। ਇਟ ਮੀਨਸ ਵੀ ਕਿਲਿੰਗ ਆਵਰ ਸੈਲਵਸ। ਕਿਉਂ ਸਿਗਰਟ ਕੈਂਸਰ ਨਾਲ ਲੰਗ ਕੈਂਸਰ ਹੁੰਦਾ? ਸਿਗਰਟ ਪੀਣ ਨਾਲ ਧੂੰਆਂ ਜਾਂਦਾ ਨਾ, ਸਮੋਕ ਜਾਂਦਾ। ਤੁਸੀਂ ਇਨਵਾਇਰਨਾਮੈਂਟ ਹੁਣ ਬਰਾਬਰ ਲੈ ਕੇ ਚੱਲ ਪਏ, ਅਤੇ ਅਸੀਂ ਤਾਂ ਹਰ ਰੋਜ਼ ਧੂੰਆਂ ਖਾਈ ਜਾਂਦੇ ਹਾਂ, ਇਸ 'ਤੇ ਸਿਗਰਟਾਂ ਵੀ ਨਹੀਂ ਪੀਂਦੇ। ਬਿਲਕੁਲ, ਉਹ ਤਾਂ ਕਹਿ ਰਹੇ ਨੇ, ਅਗਰ ਕੋਈ ਬੰਦਾ ਸਿਗਰਟ ਨਹੀਂ ਪੀਂਦਾ, ਉਹ ਦਿੱਲੀ ਦੇ ਵਿੱਚ ਰਹਿ ਰਿਹਾ, ਤਾਂ ਇੱਕ ਦਿਨ ਦੀਆਂ 40 ਸਿਗਰਟਾਂ ਉਹ ਆਲਰੇਡੀ ਪੀ ਰਿਹਾ, ਇੱਕ ਦਿਨ ਦੀਆਂ 40 ਸਿਗਰਟ। ਜੀ ਦੇਖੋ, ਇਹਦਾ ਮਤਲਬ ਆਪਾਂ ਪੋਲਿਊਸ਼ਨ ਦੇ ਆ ਗਏ। ਮੈਂ ਤੁਹਾਨੂੰ ਕਹਿੰਦਾ ਸੀ ਪੋਲਿਊਸ਼ਨ ਇੱਕ ਕਾਜ਼ ਹੈ, ਠੀਕ ਹੈ, ਡਰਟੀ ਵਾਟਰ ਵੀ ਇੱਕ ਕਾਜ਼ ਹੈ, ਠੀਕ ਹੈ, ਕਾਰਨ, ਸੋ ਮੈਨੀ ਕਾਜ਼ਸ, ਰਾਈਟ। ਕੈਂਸਰ ਦੇ ਅਜੇ ਤੱਕ ਬੜੀ ਇਹਦੀ ਖੋਜ ਚੱਲ ਰਹੀ ਹੈ, ਠੀਕ ਹੈ, ਅਸੀਂ ਵਰਡ ਮੇ ਵੀ ਯੂਜ਼ ਕਰ ਲੈਂਦੇ ਹਾਂ, ਠੀਕ ਹੈ। ਦੇਖੋ ਵੀ, ਜੋ ਹੋਣਾ ਇਨਵਾਇਰਨਾਮੈਂਟ ਹੈ, ਹਰ ਬੰਦਾ ਕਹਿ ਰਿਹਾ ਮੇਰੀਆਂ ਅੱਖਾਂ ਮੱਚ ਰਹੀਆਂ, ਮੇਰਾ ਗਲਾ ਮੱਚ ਰਿਹਾ, ਮੇਰਾ ਮੂੰਹ ਦੇ ਟੇਸਟ ਖਰਾਬ ਹੋ ਗਿਆ, ਕਿਹਨੇ ਕੀਤਾ? ਵੀ ਡਿਡ ਇਟ? ਕਿਉਂ ਨਹੀਂ ਅਸੀਂ ਮੰਨ ਰਹੇ ਯਾਰ? ਕਿਉਂ ਆਪਦੀ ਗਾਂਹ ਵਾਲੀ ਪੀੜ੍ਹੀ? ਨਾਲੇ ਸਾਰਿਆਂ ਨੂੰ ਪਤਾ ਵੀ ਮੇਰੇ ਘਰ 'ਚ ਸਾਰੇ ਖੰਘੀ ਜਾਂਦੇ, ਫਿਰ ਮੰਨਣ ਨੂੰ ਤਿਆਰ ਨਹੀਂ, ਫਿਰ ਨਹੀਂ ਸਟੋਪ ਹੋ ਰਹੇ। ਕਿਸਾਨ ਵੀਰ ਆ ਕਹਿੰਦੇ ਮੇਰੇ ਕੋਲ ਕੋਈ ਚੋਇਸ ਨਹੀਂ, ਕਿ ਕਿਉਂ ਨਹੀਂ ਚੋਇਸ, ਵੀ ਅੱਗੇ ਨਹੀਂ ਹੁੰਦਾ ਸੀ, ਪਿਛਲੇ 3-4 ਸਾਲ ਤੋਂ ਕਿਉਂ ਇੰਨਾ ਹੋ ਗਿਆ, ਠੀਕ ਹੈ। ਪਾਣੀ ਦਾ ਲੈਵਲ ਖਤਮ ਹੀ ਹੈ, ਡੋਂਟ ਵਰੀ, ਜੇ ਤੁਸੀਂ ਨਾ ਹਟੇ, ਗੁਰੂ ਸਾਹਿਬ ਵੀ ਥੋਤੋਂ ਬੰਦ ਕਰਾਉਣਗੇ। ਪਾਣੀ ਦਾ ਲੈਵਲ ਖਤਮ ਹੈ ਆਲਮੋਸਟ ਪੰਜਾਬ ਸਟੇਟ ਦੇ ਵਿੱਚ, ਬਹੁਤ ਜ਼ਿਆਦਾ ਡੂੰਘੇ ਹੋ ਗਏ। ਡੂੰਘੇ ਵੀਰ ਜੀ, ਸਾਡੇ ਕੋਲ 18 ਈਅਰ 20 ਈਅਰ ਦਾ ਵਾਟਰ ਹੈ, ਬਿਲਕੁਲ, ਅਤੇ ਉਹ ਵੀ ਬੜੀ ਸਪੀਡ ਨਾਲ, ਸ਼ਾਇਦ 10 ਸਾਲ 'ਚ ਖਤਮ ਹੋ ਜਾਵੇ, ਔਰ ਜੋ ਹੈ ਉਹ ਪੋਲਿਊਟਡ ਹੈ। ਪੋਲਿਊਟਡ ਹੈ, ਓਕੇ, ਉਸ ਤੋਂ ਬਿਨਾਂ ਜਦੋਂ ਖਤਮ ਹੋ ਗਿਆ ਫਿਰ ਝੋਨਾ ਲਾਉਣਾ ਹਟ ਜਾਓਗੇ, ਫਿਰ ਆਪੇ ਬੰਦ ਕਰੋ, ਊਂ ਨਹੀਂ ਹਟਣਾ ਤੁਸੀਂ,
ਫਿਰ ਰੱਬ ਨੇ ਹੀ ਆਪੇ ਜੋ ਪਾਣੀ ਖੋਹ ਲੈਣਾ ਥੋਤੋਂ, ਜਦੋਂ ਤੁਸੀਂ ਡੈਜ਼ਰਟ ਬਣ ਗਿਆ ਫਿਰ ਹਟੋਗੇ। ਠੀਕ ਹੈ, ਬੁੱਢੇ ਮਾਂ ਬਾਪ ਹੈ ਉਹ ਖੰਘੀ ਜਾ ਰਿਹਾ, ਅਸਥਮਾ ਕੋਈ ਇਨਹੇਲਰ ਲੈ ਰਿਹਾ, ਨਿੱਕੇ ਬੱਚੇ ਹੈ। ਠੀਕ ਹੈ, ਜਿਹਨੂੰ ਹੁਣ ਨਾ ਕਿਹੜਾ ਅਟੈਕ ਹੋ ਗਿਆ ਉਹ 3 ਮਹੀਨੇ ਠੀਕ ਨਹੀਂ ਹੋਣਾ, ਵਿੰਟਰ ਆ ਰਹੀ ਹੈ ਜੀ। ਠੀਕ ਹੈ, ਐਕਸੀਡੈਂਟ ਕਿੰਨੇ ਹੋ ਰਹੇ ਆ, ਠੀਕ, ਕਿੰਨੀਆਂ ਅਜਾਈ ਮੌਤਾਂ। ਮੈਂ ਇੱਕ ਤਾਂ ਕੈਂਸਰ ਇਹ ਹੈਲਥ ਦਾ ਗਿਣ ਲਿਆ, ਇੱਕ ਮੈਂ ਰੋਡ ਕੈਂਸਰ ਕਹਿ ਰਿਹਾ। ਮੈਂ ਤਾਂ ਜੇ ਕੱਲ੍ਹ 8 ਕਹਿੰਦੇ, ਤੁਸੀਂ ਦੱਸਿਆ 12 ਡੈਥਸ ਹੋਈਆਂ ਸੰਗਰੂਰ ਐਂਡ ਪਟਿਆਲਾ ਦੇ ਵਿੱਚ, ਬਿਲਕੁਲ ਇਸ ਧੂੰਏ ਕਰਕੇ ਹੋਈਆਂ। ਫਿਰ ਤੁਸੀਂ ਮਾਰੇ ਆ ਲੋਕ, ਉਹ 12 ਹਾਈਵੇ 'ਤੇ 12 ਤਾਂ ਗੱਡੀਆਂ ਦੇ ਆਪਸ ਵੀ ਐਕਸੀਡੈਂਟ ਹੋ ਗਏ, ਐਕਸੀਡੈਂਟ ਹੋਇਆ ਡਿਊ ਟੂ ਦਾ ਵਿਜ਼ਿਬਿਲਿਟੀ ਨਹੀਂ ਸੀ। ਅਸੀਂ ਫੋਰਨ ਦੇ ਵਿੱਚ ਸੁਣੇ ਸੀ ਅਮਰੀਕਾ ਕੈਨੇਡਾ ਕਿ ਧੁੰਦ ਪੈਂਦੀ ਹੈ ਤਾਂ ਕਰਕੇ ਹੋ ਗਏ, ਲੇਕਿਨ ਹੁਣ ਤੁਸੀਂ ਉਰੇ ਤਾਂ ਧੁੰਦ ਵੀ ਨਹੀਂ ਹੈਗੀ, ਤਾਂ ਵੀ ਹੋ ਰਹੇ। ਤੁਸੀਂ ਤਾਂ ਬੜੇ ਸਾਇੰਟਿਸਟ ਹੋ ਪੰਜਾਬ ਵਾਲੇ ਹੋ, ਕਿਸਾਨੋ, ਆਰਟੀਫਿਸ਼ੀਅਲ ਧੁੰਦ ਪੈਦਾ ਕਰ ਦਿੱਤੀ, ਖੁਦ ਪੈਦਾ ਕਰ ਦਿੱਤੀ। ਠੀਕ ਹੈ, ਬੀ ਰਿਸਪੋਂਸੀਬਲ, ਜ਼ਿੰਮੇਦਾਰ ਬਣੋ, ਗਾਲੀ ਪੀੜੀ ਨਾ ਮਾਰ ਲਿਓ, ਮਰ ਗਈ, ਮਾਰ ਲਿਓ ਨਹੀਂ ਮਰ ਗਈ। ਠੀਕ ਹੈ, ਇੱਕ ਬੀਤੀ ਮੇਰੀ ਮਾਂ ਸੀ, ਮੈਂ 40 ਸਾਲ ਤੋਂ ਇੰਗਲੈਂਡ 'ਚ ਰਹਿ ਰਿਹਾ, ਮੈਨੂੰ ਝੋਲਾ ਦੇ ਕੇ ਭੇਜਦੇ ਸੀ, ਪੁੱਤ ਗੋਭੀ ਖਰੀਦ ਕੇ ਲੈ ਕੇ ਆ, ਆਲੂ ਖਰੀਦ ਕੇ ਲੈ ਕੇ ਆ। ਠੀਕ ਹੈ, ਮੈਂ ਝੋਲਾ ਲੈ ਕੇ ਜਾਂਦਾ ਸੀ ਸਾਈਕਲ 'ਤੇ। ਠੀਕ ਹੈ, ਫਿਰ ਉਹਨੂੰ ਗੋਭੀ ਕੱਢ ਕੇ ਫਿਰ ਝੋਲਾ ਧੋ ਕੇ ਫਿਰ ਰੱਖ ਲੈਣਾ, ਮੇਰੀ ਮਾਂ ਨੇ ਫਿਰ ਮੈਨੂੰ ਫੜਾਉਣਾ, ਕੋਈ ਚੀਜ਼ ਲੈ ਕੇ ਜਾਂਦੇ ਸੀ। ਇਹਦੇ 'ਚ ਕਿਹੜੀ ਸ਼ਰਮ ਵਾਲੀ ਗੱਲ ਆ ਵੀ? ਕੋਈ ਸ਼ਰਮ ਵਾਲੀ ਗੱਲ ਨਹੀਂ, ਮੈਂ ਤਾਂ ਤੁਹਾਡੇ ਤੋਂ ਬਹੁਤ ਛੋਟਾ, ਮੈਂ ਖੁਦ ਇਹ ਚੀਜ਼, ਮੈਂ ਜਦ ਸਾਈਕਲ 'ਤੇ ਸਬਜ਼ੀ ਲੈਣ ਗਿਆ ਤਾਂ ਮੈਂ ਝੋਲਾ ਘਰੋਂ ਲੈ ਕੇ ਜਾਂਦਾ ਸੀ ਦੋਸਤੋ, ਕੱਪੜੇ ਦਾ। ਤੁਹਾਨੂੰ ਝੋਲਿਆਂ 'ਤੇ ਆਉਣਾ ਪੈਣਾ, ਉਹ ਕੀ ਮੋਰਨੀਆਂ ਵਾਲੇ ਝੋਲੇ ਹੁੰਦੇ ਸੀ, ਉੱਪਰ ਕੱਢੇ ਹੁੰਦੇ ਸੀਗੇ। ਪਲੀਜ਼ ਪਲਾਸਟਿਕ ਬੰਦ ਕਰ ਦਿਓ, ਮੈਂ ਤੁਹਾਡੇ ਬੱਚਿਆਂ ਲਈ ਕਹਿ ਰਿਹਾ। ਅਸੀਂ ਇੰਗਲੈਂਡ 'ਚ ਬੰਦ ਕਰ ਦਿੱਤੀ ਬਿਲਕੁਲ, ਮੈਨੂੰ ਇੰਗਲੈਂਡ ਦੀ ਪ੍ਰਾਈਮ ਮਿਨਿਸਟਰ ਨੇ ਪਾਰਲੀਮੈਂਟ 'ਚ ਬੁਲਾ ਕੇ ਝੋਲਾ ਪ੍ਰੈਜ਼ੈਂਟ ਦਿੱਤਾ, ਕਹਿੰਦੀ ਪੰਜਾਬ ਜਾ ਕੇ ਰੌਲਾ ਪਾ, ਸੁਲਤਾਨਪੁਰ ਜਾ ਕੇ ਬਾਬੇ ਨਾਨਕ ਦੇ ਇਸ ਦਿਨ ਦੇ ਪਵਿੱਤਰ ਦਿਨ 'ਤੇ ਰੌਲਾ ਪਾ ਵੀ ਲੋਕ ਪਲਾਸਟਿਕ ਬੰਦ ਕਰਨ, ਆ ਝੋਲੇ ਲੈ ਕੇ ਜਾਓ ਬਾਜ਼ਾਰ। ਠੀਕ ਹੈ, ਬੰਦ ਕਰ ਦਿਓ ਪਲਾਸਟਿਕ, ਇੱਕ ਵੱਡਾ ਕਾਜ਼ ਹੈ। ਪਲਾਸਟਿਕ ਦੀ ਬੋਤਲ ਦਾ ਪਾਣੀ ਬੰਦ ਕਰ ਦਿਓ, ਇੱਦੋਂ ਆਪਣੀ ਐਪਲ ਲੈ ਲਓ, ਕੀ ਕਹਿੰਦੇ ਆ, ਥਰਮਸ, ਉਹਦੇ 'ਚ ਗਰਮ ਪਾਣੀ। ਕੈਂਸਰ ਦੇ 3-4 ਪੁਆਇੰਟ ਵੀ ਦੱਸਾਂਗੇ, ਇਕੱਲਾ ਨੈਗੇਟਿਵ ਗੱਲਾਂ ਹੀ ਨਹੀਂ ਕਰਾਂਗੇ। ਵੀ ਜੀ ਗਰਮ ਪਾਣੀ ਪੀਣਾ ਬਹੁਤ ਅੱਛਾ, ਸੁਬਾਹ ਸ਼ਾਮ ਰੂਮ ਟੈਂਪਰੇਚਰ ਦਾ ਪਾਣੀ ਪੀਆ ਕਰੋ, ਅੱਜ ਕੱਲ੍ਹ ਤਾਂ ਗਰਮ ਪੀਣਾ ਸ਼ੁਰੂ ਕਰ ਦਿਓ ਜਿਹੜਾ ਗਲਾਸ ਦਿੱਤਾ ਲੱਗਦਾ। ਫਰਿੱਜ ਦੀਆਂ ਚੀਜ਼ਾਂ ਘੱਟ ਵਰਤੋ, ਜਿਹੜੀਆਂ ਪੈਪਸੀ, ਕੋਕਾ, ਜੋ ਵੀ ਆ ਡਰਿੰਕਸ ਹੈ, ਫਿਜ਼ੀ ਡਰਿੰਕਸ, ਮੈਂ, ਠੀਕ ਹੈ, ਇਹਨਾਂ ਤੋਂ ਬਚ ਕੇ ਰਿਹਾ ਕਰੋ। ਇਹ ਇਟਸ ਨਾਟ ਗੁੱਡ ਫੋਰ ਹੈਲਥ, ਟੂ ਮੱਚ ਸ਼ੂਗਰ ਇਹਨਾਂ ਦੇ ਵਿੱਚ, ਕੈਂਸਰ ਸੈਲਸ ਲਵ ਸ਼ੂਗਰ, ਰਾਈਟ, ਇਹਨਾਂ 'ਚ ਥੋੜ੍ਹਾ ਜਿਹਾ ਅਵੋਇਡ ਕਰੋ ਇਹਨਾਂ ਚੀਜ਼ਾਂ ਤੋਂ, ਤਲੀਆਂ ਚੀਜ਼ਾਂ ਬਹੁਤ ਘੱਟ ਸੇਵਨ ਕਰੋ। ਠੀਕ ਹੈ, ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ। ਪ੍ਰੋਟੀਨ ਦਾ ਵੱਧ ਤੋਂ ਵੱਧ, ਮੈਂ 4-5 ਨੈਚੁਰਲ ਚੀਜ਼ਾਂ ਜੀ ਅੱਜ ਕੱਲ੍ਹ ਬਹੁਤ ਜ਼ੋਰ ਦੇ ਰਹੇ ਸਾਰੇ, ਕਿਉਂਕਿ ਸਾਡੇ ਵੀ ਇੰਗਲੈਂਡ 'ਚ ਵੀ ਅਸੀਂ ਕੈਂਸਰ ਨੂੰ ਪਹਿਲੀ ਸਟੇਜ ਫੜ ਲੈਂਦੇ ਹਾਂ। ਉਹਨਾਂ ਕੋਲ ਬਹੁਤ ਵਧੀਆ ਹਸਪਤਾਲ ਹੈ, ਤੁਹਾਡੇ ਕੋਲ ਮੰਦਰ ਅਤੇ ਗੁਰਦੁਆਰੇ ਆ, ਸਾਡੇ ਬਣ ਰਹੇ ਨੇ, ਅੱਗੇ ਵੱਧ ਰਹੇ ਨੇ, ਸਮਾਜ ਵੱਧ ਰਿਹਾ ਹੌਲੀ ਹੌਲੀ। ਹਾਂ, ਮੈਂ ਅੱਗੇ ਇੱਕ ਇੰਟਰਵਿਊ ਦਿੱਤੀ ਸੀ, 12,783 ਪਿੰਡ ਹੈ ਜੀ ਪੰਜਾਬ ਦਾ, ਅਤੇ 33,500 ਗੁਰਦੁਆਰਾ, 3-4 ਗੁਰਦੁਆਰੇ ਇੱਕ ਪਿੰਡ 'ਚ ਹੈ, ਇੱਕ ਮੰਦਰ ਵੀ ਹੈ, ਅਤੇ ਕਈ ਜੇ ਜਿੱਥੇ ਮੁਸਲਮਾਨ ਕਮਿਊਨਿਟੀ ਉੱਥੇ ਇੱਕ ਮਸਜਿਦ ਵੀ ਹੈ। ਠੀਕ ਹੈ, ਡਿਸਪੈਂਸਰੀ ਹੈ ਨਹੀਂ ਪਿੰਡ 'ਚ, ਫਿਰ ਜੇ ਕੋਈ ਬਿਮਾਰ ਹੋ ਗਿਆ ਉੱਥੇ ਲੈ ਜਾਓ, ਗੁਰਦੁਆਰੇ ਜਾਂ ਮੰਦਰ ਲੈ ਜਾਓ। ਹੁਣ ਇਹਨੂੰ ਬਦਕਿਸਮਤੀ ਹੀ ਕਹਾਂਗੇ ਨਾ, ਮੈਡੀਕਲ ਮੈਡੀਕਲ ਜੇ ਮੇਰੇ ਵਰਗੇ ਨੂੰ ਕਹਿ ਦਿੰਦੇ ਆ ਨਾਸਤਕ, ਮੈਂ ਨਾਸਤਕ ਨਹੀਂ ਦੋਸਤੋ, ਮੈਂ ਤਾਂ ਬਾਬੇ ਨਾਨਕ ਨੂੰ ਮਿਲਣ ਆਇਆ 15 ਦਿਨ, ਪਰ ਮੈਂ ਤੁਹਾਨੂੰ ਕਹਿ ਰਿਹਾ ਬਾਬੇ ਨਾਨਕ 'ਤੇ ਇੱਕ ਡਿਸਪੈਂਸਰੀ ਬਣਾ ਲਓ, ਬਣਾ ਸਕਦੇ ਹਾਂ, ਰਾਮ ਜੀ ਦੇ ਨਾਂ 'ਤੇ ਡਿਸਪੈਂਸਰੀ ਬਣਾ ਲਓ, ਜਿੱਥੇ ਸੁਬਾਹ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਚੈੱਕਅਪ ਹੋਵੇ ਤੁਹਾਡਾ। ਹਰ 5ਵੇਂ ਨੂੰ ਡਾਇਬਟੀਜ਼ ਆ ਪੰਜਾਬ 'ਚ, ਜਲੇਬੀਆਂ ਹੀ ਖਾਈ ਜਾਂਦੇ ਆ, ਪਕੌੜੇ ਖਾਈ ਜਾਂਦੇ, ਤਲੀਆਂ ਵੀਆਂ ਚੀਜ਼ਾਂ, ਮਰਨਾ ਹੀ ਆ ਤੁਸੀਂ, ਕਿ ਅਸੀਂ ਕੀ ਕਰਾਂਗੇ? ਬਲੱਡ ਕੈਂਸਰ ਇਕੱਲੀ ਕੀ ਕਰੂਗੀ? ਤੁਹਾਨੂੰ ਅਸੀਂ ਜਾਗਰਤਾ ਕਰ ਰਹੇ ਹਾਂ, ਮੇਰਾ 'ਚ ਕੋਈ ਫਾਇਦਾ ਨਹੀਂ, ਮੈਂ ਤਾਂ ਪੁੱਟ ਜਾਣਾ ਇੰਗਲੈਂਡ ਨੂੰ, ਮੈਂ ਤੁਹਾਨੂੰ ਕੁਝ ਦੱਸਣ ਆਇਆ ਦੋਸਤੋ, ਬਚੋ ਇਹਨਾਂ ਚੀਜ਼ਾਂ ਦੇ ਉੱਤੋਂ। ਠੀਕ ਹੈ, ਕੈਂਸਰ ਦੀਆਂ ਇਹ ਬਹੁਤ ਕਾਜ਼ਸ ਆ, ਘਰ ਦੀ ਰਸੋਈ ਨੂੰ ਠੀਕ ਕਰ ਲਓ, ਵੱਧ ਤੋਂ ਵੱਧ ਬਰੋਕਲੀ ਦਾ ਸੇਵਨ ਕਰੋ, ਠੀਕ ਹੈ, ਵੀਟ ਗ੍ਰਾਸ ਦਾ ਕਰੋ, ਫੁੱਲ ਆਫ ਐਂਟ, ਜਿੰਨੀਆਂ ਵੀ ਐਂਟੀਆਕਸੀਡੈਂਟ ਚੀਜ਼ਾਂ ਉਹ ਘਰੇ ਸੇਵਨ ਕਰੋ, ਜਿੰਨੀਆਂ ਵੀ ਸਬਜ਼ੀਆਂ 'ਤੇ ਜ਼ੋਰ ਦੇਵੋਗੇ, ਸਬਜ਼ੀਆਂ ਦੇ ਵੀ ਟੀਕੇ ਨਾ ਲੱਗੇ ਹੋਣ, ਕੀ ਕਰੀਏ, ਕਿਹੜਾ ਕਿਹੜਾ, ਮੈਂ ਸਬਜ਼ੀ ਤੁਹਾਨੂੰ ਕਹਿਣ ਨੂੰ ਕਹਿ ਰਿਹਾ, ਸਬਜ਼ੀ ਟੀਕੇ ਲੱਗ ਕੇ ਆ ਰਹੀ ਹੈ, ਸਬਜ਼ੀਆਂ 'ਤੇ ਟੀਕੇ ਲੱਗਦੇ ਆ, ਸਪਰੇ ਹੋ ਰਹੀ ਹੈ, ਸਪਰੇ ਹੁੰਦੀ ਹੈ, ਬਿਲਕੁਲ, ਤੁਸੀਂ ਕੇਲੇ ਖਾ ਲਓ, ਕੱਦੂ ਖਾ ਲਓ, ਟੀਕੇ ਲਾ ਕੇ 2 ਦਿਨਾਂ 'ਚ ਵੱਡੇ। ਹਾਂ, ਇੱਥੇ ਮੈਂ ਹੈਲਥ ਡਿਪਾਰਟਮੈਂਟ ਨੂੰ ਜ਼ਰੂਰ ਕਹੂੰਗਾ, ਜਾਂ ਜਿਹੜੀ ਗੌਰਮੈਂਟ ਦੀ ਡਿਪਾਰਟਮੈਂਟ, ਇਹਨਾਂ 'ਤੇ ਸਿਕੰਜਾ ਜ਼ਰੂਰ ਕੱਸਿਆ ਜਾਵੇ, ਜਾਂ ਜਿਹੜੇ ਦੁੱਧ 'ਚ ਯੂਰੀਆ ਪਾ ਰਹੇ ਆ, ਦੁੱਧ 'ਚ ਪੇਂਟ ਪਾ ਰਹੇ ਆ, ਉਹ ਸਾਡੇ ਬੱਚਿਆਂ ਨੂੰ, ਬਜ਼ੁਰਗਾਂ ਨੂੰ ਮਾਰ ਰਹੇ ਆ। ਠੀਕ ਹੈ, ਸਲੋ ਪੋਇਜ਼ਨ ਹੀ ਹੈ, ਸਬਜ਼ੀ ਦਿੱਤੀ ਜਾ ਰਹੀ ਹੈ, ਹੌਲੀ ਹੌਲੀ ਮਰ ਰਹੇ ਅਸੀਂ। ਜੀ, ਮੈਂ ਤਾਂ ਇੱਕ ਵਾਰੀ ਦੇਖ ਰਿਹਾ ਸੀ ਵੀ ਜਿੰਨਾ ਦੁੱਧ ਦੀ ਪ੍ਰੋਡਕਸ਼ਨ ਆ ਇੰਡੀਆ ਦੇ ਵਿੱਚ, ਉਦੋਂ ਤੱਕ ਖਾਣੀ ਕਿੰਨੇ ਗੁਣਾ ਤੋਂ ਵੱਧ ਕੰਜਮਪਸ਼ਨ ਹੈ, ਇਹਦਾ ਮਤਲਬ ਦੂਸਰਾ ਸਿੰਥੈਟਿਕ ਮਿਲਕ ਹੈ, ਜਿੰਨਾ ਵੱਧ, ਕਿੰਨਾ ਖੋਆ ਆਇਆ ਦੀਵਾਲੀ 'ਤੇ, ਕਿੱਥੋਂ ਆਇਆ ਉਹ, ਗਲਤ ਆਇਆ ਨਾ, ਜਾਂ ਤਾਂ ਆਪਾਂ ਖਾਣਾ ਛੱਡ ਦਈਏ। ਹੁਣ ਬੱਚਿਆਂ ਨੂੰ ਸਮਝਾ ਨਹੀਂ ਸਕਦੇ, ਬੱਚੇ ਵਿਚਾਰੇ ਖਾਂਦੇ, ਖਾਣਾ ਚਾਹੁੰਦੇ, ਕੀ ਕਰੋਗੇ, ਲੜ ਪੈਂਦੇ ਬੱਚੇ। ਠੀਕ ਹੈ, ਪਰ ਆਪਾਂ ਨੂੰ ਕਹੀਏ ਡਰਾਈ ਫਰੂਟ ਖਾਓ, ਨਹੀਂ ਖਾਂਦੇ, ਕਹਿੰਦੇ ਮਿਠਾਈਆਂ ਖਾਣੀਆਂ, ਬੱਚੇ ਬਿਮਾਰ, ਹੁਣ ਸਾਰੇ ਬਿਮਾਰ, ਜਿੰਨੇ ਬੱਚੇ ਸਾਰੇ ਬਿਮਾਰ ਪਏ, ਖੰਘ ਰਿਹਾ, ਮੈਂ ਤਾਂ ਆਹ 3 ਦਿਨ 'ਚ ਸੁਲਤਾਨਪੁਰ 'ਚ ਦੇਖ ਲਏ, ਸਾਰੇ ਪਾਸੇ ਇਹੀ ਹਾਲ। ਹਾਂ, ਇਰਮੀ ਜੀ, ਇਹ ਦੇਖੋ ਪੋਲਿਊਸ਼ਨ ਆ ਗਿਆ, ਆਪਾਂ ਇਨਵਾਇਰਨਾਮੈਂਟ,
ठीक है, फिर गाँव वाली पीढ़ी बचेगी नहीं नहीं बचेगी जे जो जिस जिस सलात ना चाह देखो भी सारी सब्जी कंटैमिनेटेड है उसदे च इंजैक्शन लग रहा स्प्रेयां हो रही हैं एक दुध थोड़े घर मिलावट वाला आ रहा तो मैनू पानी की बोतल ना किवें बचा लोगे पी के कहते पानी तो साफ पी बाकी सारा गंद खाई चल खुआ रहे हैं ना बिल्कुल पानी भी असं किनू साफ कह लेंगे जो कि प्लास्टिक की बोतल च आ रहा उसके भी तो हीट नाल कैमिकल रिएक्शन होंगे ही है पानी बिल्कुल भी जी दरिया लंघ रहे अपने सतलुज ब्यास ये दरिया उपर चल जाओ पहाड़ों ठीक है उपर चल जाओ ब्यास का पानी साफ है पी सकते हैं पंजाब के जोड़े रिवरस आ हू पलूटड दैम किने किए असी किए आप किए आप इंडस्ट्री सट रही है गंद वे तो आपकी पीढ़ी में मार रहे हैं मझा वो पानी पी रही हैं मैं की थोड़े ना दुख रोवान तुम सारा सिस्टम खराब करी बैठे हो तो मंदर गुरद्वारों टलियाँ कुट के कैंसर नहीं ठीक होना ये याद रख लो थोनू कुछ ड्रास्टिक इफेक्ट लेने पैने स्टैप्स ता कुछ ठीक हो सकेगा गौरमेंट की जिम्मेदारी है साड़िया जी आम सिटीजन है साड़िया बड़िया जिम्मेदारियां बन दें जी आप ना मारीे मार रहे हैं असं कैंसर कैपिटल है हाईएसट कैंसर है साड़ी स्टेट क्यों है डैथ रेट हाई है कैंसर ट्रेन चल रही है देखो असी गौरमेंट ने वादा किया है भी वर्ल्ड कैंसर बंद कर दो बस साल च बंद कर देंगे होपफुली साढ़े असी वर्ल्ड कैंसर ने इन्नी अवेयरनैस फैला दी नौ नाइन बसेस साढ़े को होर आ गई जो डॉक्टर मनमोहन सिंह ने असी हर चीज़ फ्री दे रहे हैं NRI सानू स्पोंसर करते हैं ठीक है पर भी जी कई चीज़ा तुहाड़ियां जिम्मेदारियां असी की करांगे तुहानू फ्री मैडिसन दे के जां तुहाडे फ्री टैसट करके तुहानू भी बंदे बनना पैना बिल्कुल समझना पैना लोगों नू सब तो पहला तो कि जो पैदा करना वो साफ सुथरा होवे फिर जो खाना वो साफ सुथरा होवे फिर भी हले असी वध रहे हैं उस चीज़ वल उन्नी तेज़ी नाल भावें नहीं वध रहे कई है जिन्हों यह बीमारी होगी इस तो बचने का की तरीका भी जी देखो साढ़े इंग्लैंड दे विच बहुत सोहने हस्पताल है साढ़े भी सर्वाइवर रेट है नहीं गा हालांकि कैंसर असी पहली स्टेज फड़ाया जाता उत्थे ते पंजाब दे विच 70% लोगों नू कैंसर थर्ड स्टेज पता लगता है थर्ड स्टेज तो बाद दोस्तों मौत है कुछ नहीं कर सकते घर की भी बर्बादी तो घर चों वो एक बंदे ने भी चलाया जाना एक मैंबर ने भी चलाया जाना जिस घर कैंसर नाल मौत हो जाती है उस घर विजिट कराया करो दो चीज़ा दिसणगियां तुहानू एक तो जे माँ मर गई बच्चों की तो बच्चे फिरनगे नंगे पैरी बेचारे ठीक है बुरी हालत हो जाती है इस वो घर दियाँ कंधा बोल दियाँ भी इतने आर्थिक बर्बादी भी होगी कैंसर घर को बर्बाद कर जाता जाता भी आप लैके भजदे हैं तीजी स्टेज पर भी लैके भजदे हैं ना दोस्तों नहीं बचना उन्हें सर्वाइवर है नहीं गा कहते डॉक्टर से पूछा करो सवाल करो मैं खुद एडमिट कर रहा साढ़े इंग्लैंड वाले एक डॉक्टर कह रहे भी जो दूजी स्टेज भी कैंसर एंटर कर गया नो सर्वाइवर मैं डॉक्टर पूछता किन्ने सर्वाइव हुए इस साल सानू इन्हां नू कैंसर होया सी किन्ने सर्वाइव हुए ठीक है सर्वाइवर रेट किसी नू सवाल कर लो हथ खड़े है इत्थे तां बिल्कुल ही मौत रेट बहुत हाई है की कारण है 74% पापूलेशन पिंडां च रहिंदी है 26% रहिंदी है शहरां च पिंड च अस्पताल देखिया कदे नहीं किवें शहरां च भी नहीं है शहरां च भी प्रॉपर तरीके दे हस्पताल है नहीं गे आओ दोस्तों फिर पॉइंट उही आ गया अपने दान की दिशा बदल गई साढ़े कोल एक भी चैरिटेबल हस्पताल है नहीं गा हिंदू सिखां कोल दानी कौमां दोनियां मंदरां च गुरद्वारां च ढेर ला दिंदे आ पे एक भी हस्पताल है नहीं जिथे किसी गरीब नूं फ्री दवाई मिल जाए है तो दसो बीकानेर जांदे आ बीकानेर दा राजा साडे नाल चंगा सी फिर साडे कोल एक हस्पताल है जिथे फ्री दे दईए हर चीज़ कोई है दसो जलंधर शायद नहीं शायद ना लफ्ज़ करो कहो नहीं है नहीं है फिर फेल है ना पा राम जी ने भी यही किया गुरु नानक देव जी ने भी यही किया भी मनुखता की सेवा ह्यूमैनिटी सेवा पॉइंट साडा यही है कि दान की दिशा बदलो 95% मनुखता की सेवा वाले पासे ले आओ बहुत सोहने मंदिर गुरुद्वारे बन गए उन्होंने सोहना प्रचार कर गए आप है माता का प्रचार करो राम जी का करो गुरु नानक देव जी का करो गुरु गोबिंद सिंह जी का करो जो उन्होंने कहा है वह करो निम्रता तो है नहीं मेरे च गुरु साहब ने कहा कि निम्रता बहुत जरूरी है डाउन टू अर्थ होना बहुत जरूरी है इंसान के ठीक है वह तो साढ़े है नहीं गा ठीक है फिर फायदा की रहा धर्म का जे जे असी गुरु साहब की गल ही नहीं मननी वो तो कहता हर था हर सबनों जफ्फी पा सबनों प्यार कर इंसानियत है मनुखता कोई जात पात नहीं छड़ी सी गुरु साहबान ने वो कहते सब नू प्यार कर ठीक है वो कहते सी गरीब नू उन्होंने की कहा सी गरीब दा मूँह गुरु दी गोलक ठीक है तो किन्ने उस गोलक च पाने बी पाने गुरु साहब ने कहा सी गरीब दा मूँह गुरु दी गोलक उस गरीब के मूँह च किन्ने पाने फिर गुरु की गल नहीं मनी ना एक होर गल कह दिना अज वो गोलक बीमार हो गई जिसनों गुरु साहब कह के गए थे गरीब का मूँह गुरु की गोलक वो तो बीमार हो ही पई है आओ दे दवाई दे लंगर लाइए दवाई पाइए क्योंकि गोलक बीमार होगी वो गरीब बीमार होया पाया फिर उन्होंने मैडिसन की लोड़ है ना बिल्कुल जरूरत है हाँ उस गोलक दे विच कुछ दवाई पाइए आओ दोस्तों दान की दिशा बदल गई अच्छे काम करिए निम्रता लेके आइए मनुखता प्यार करिए जात पात ना देखिए धर्म ना देखिए
ठीक है, गुरु नानक देव जी का ही स्नेहा सीगा जी। धालीवाल जी, एक होर अहम सवाल, तुसी जिवें दस्या कि दूसरी और तीसरी स्टेज तो बचना मुश्किल है, पहली स्टेज तो फिर भी बचा जा सकता, बचा जा सकता, पता किवें चले उसका कि रेगुलर टेस्ट कराने पैणे? अर्ली डिटेक्शन, कैंसर इज क्योरेबल इफ यू डायग्नोज अर्ली। वर्ल्ड कैंसर इसे चीज ले आई है, जलंधर साडा अवेयरनेस सेंटर बनया, ये जागरता देर जो मैं थोड़े नाल गल्लां कर रहा भी मेरी भैन दी ब्रेस्ट कैंसर जी, ब्रेस्ट है मैमो 48 तो बाद उन्होंने रेगूलर मैमोग्राफी करानी चाहिए है, रेगूलर ओरल का चैकअप कराना चाहिए मूँह के कैंसर का। फीमेल दे विच ना सर्विक्स कैंसर बच्चेदानी का उदा असी कह दें टैसट आदा, एक स्पैशल टैसट आ, साल बाद मेरी वाइफ इंग्लैंड कराना पैंदा, पैप्समेयर टैसट का ना है, ठीक है, सिंपल टैसट साढ़े बसा फ्री कर रहे हैं, आओ वर्ल्ड कैंसर के जो कैंप लगे होंगे फायदा लिया करो, हर चीज़ फ्री दे रहे हैं। जो इंग्लैंड सरकार मेरी वाइफ नू दे रही है तो मैं पंजाब की हर माँ तो हर भैन फ्री देने की कोशिश कर रहा, जो इंग्लैंड सरकार मेरी वाइफ नू दे रही है जिन्होंने दुनिया से राज किया वो बसा बना के इतने भेजिया सारिया बसा कह रहे हैं पर चलते फिरते हस्पताल है, किसी बस के छाती के कैंसर की मशीन है, किसी बच्चेदानी के, किसी मूँह के, हर साढ़े को सिस्टम है, ठीक है। मेरी वाइफ नू 2 महीने की वेटिंग लिस्ट है इंग्लैंड, जे छाती की स्क्रीनिंग करानी है फॉर एग्जाम्पल, ज उन्होंने अपनी सर्विक्स कैंसर टैसट कराना है, ठीक है, 2 महीने की वेटिंग लिस्ट है, तो साड़िया बसा इतने आ जाए जलंधर च आदि खड़िया इतें 20 मिनट की वेटिंग लिस्ट है, जो थोड़ी मामा आ जाए ना कोई टैसट करा उन्होंने तो वो मामा 20 मिनट वेट करना पेगा, 20 मिनट रिपोर्ट नाल दी नाल फिर दी जाती है, कई तीन कैंसर की रिपोर्ट असी ओरल की बोन डेंसिटी की, ठीक है, कई रिपोर्टा असी उस वक्त दे दें, खास करके जी ब्रेस्ट की मैमोग्राफी है, जी पैप्समेयर है बच्चेदानी का, एक PSA टैसट है मेल के गदूदा का, वो तिना कैंसर की सानू रिपोर्ट में 10 दिन लग जाते हैं, मे बी 2 वीक्स वो असी ऑनलाइन सारा सिस्टम है, तुम घर बैठे ऑनलाइन देख सकते हो मेरी रिपोर्ट, ठीक है। जो अगर किसी ने अपने पिंड शहरों से थोड़ा कैंप लगवाना हो प्रोसीजर है, क्योंकि लोग शायद बड़े हाँ अवेयर हो रहे हैं जी, बिल्कुल हाँ, worldcancercare.co.in worldcancercare.co.in वो चले जाओ, धर्मिंदर जी साढ़े MD है इंडिया के, शालनी बेस्ट साड़ी मैनेजर है, उन्होंने नंबर पे उन्होंने कॉन्टैक्ट करो, मेरा नंबर कुलवंत सिंह धालीवाल का हर बंदे को पिया, ठीक है, उसे सानू कॉन्टैक्ट करो। दोस्तों अपने माँ बाप दियाँ बर्शियाँ उन्होंने जगराते ना आ लवाओ, कैंप मैडिकल कैंप्स लवाओ, वो दान की दिशा बदलो, किसी की जान बचाओ, यू कैन सेव ए लाइफ। मैं इंग्लैंड जी बड़ा रौला पिया, उत्थे एक स्लोगन है सेव ए लाइफ, भी किसी की जिंदगी बचाओ, मैं वो ऐड करता सेव ए मदरस लाइफ, माँ मर रही है अपना बाप नहीं मर रहा, पहले तो अपनी माँ ने 9 महीने पेट च रखे अपन, फिर 2 कैंसर माँ को चिंबड़े कि छाती तो बच्चे दानी का, अपने बाप नहीं चिंबड़े, औरत जननी है शी इज़ सफरिंग मोर। वर्ल्ड के भी जो डैथ रेट देख लीए ना भी, जे सपोज कर लो कि एक फिगर सी इंडिया का पंजाब का भी 43 मौत हर रोज़ हो रही, कोई कहता सी 35 औरत मर रही 43 चो डेली, 8% हाँ मतलब फीमेल, क्योंकि फीमेल में दोनों कैंसर चिंबड़ रहे हैं, ब्रेस्ट कैंसर, औरत जननी है, इस करके औरतों का बहुत, गुरु नानक देव जी ने बहुत उच्चा दर्जा दिता, रिस्पैक्ट करो। दोस्तों मैं देखता पार्कों मेल सैर करते फिरते भजे, वाइफ में भी लेके आया करो, ठीक है, वाइफ सफरिंग मो, साडा कल्चर बहुत भैड़ा है। एक मैं 1-2 मिनट लूँगा फिर मैं इनू खत्म करूँगा भी जी, फीमेल जो जमदी है ना कुड़ी साढ़े घर च, ये भी कैंसर है, कि असं उसकी लोहड़ी मनाने हैं? वो भी फेल है, वो कितने जाके फेल होता वो भी दस दिना, पहली गल तो साडा मूँह जाने डिग पैंदा, साडी कुड़ी हो गई पत्थर आ गया कह दिंदे ना, असीं कहिंदे साडे पत्थर आ गया, धी नूं पत्थर कह रहे हैं। मेरी माँ किसी की धी सी जिन्हें मैनूं जन्म दिता, एक फिर जदों वो 20-21 साल की हो जाती है, जे आपां लोहड़ी मना भी लईए, जदों कोई साडे वर्गा NRI कहिंदा 25 लाख लैणा, उहदा सौदा हुंदा, मझ गांग हुंदा ना, बिल्कुल हुंदा, उदों फिर लोहड़ी मनाई खत्म हो जाती है, मुंडे वाला तुरला छड के आंदा, उठ जाएंगे, एक फिल्म सी हम उठ जाएंगे फेरियां तो कहिंदा ना, इतना दाज चाहिए, ठीक है, किन्ने ला दे कृपा ने वेही है, टॉक टू मी, मेरी अखां च अखां पाओ, धीआं दे सौदे कीते आ गुरु ग्रंथ साहिब की हजूरी च जां फेरियां दे उत्ते कीते आ ना, बिल्कुल राइट, की वैल्यू रह गई फीमेल की, फिर वो बेचारी ब्याही जाती है, फिर उत्थे 2 पेटियां पैदा हो जांदी, सस कहिंदी मुंडा लिया, फिर शराबी हसबैंड तो कुट भी खाती है कई बार, खाती है ना, फिर वो करती 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 50 साल तक चली जाती है, ठीक है, रोग भी फीमेल, फिर कैंसर उन्होंने आन चिंबड़ता, फिर वो मर जाती है। अच्छा कई बार मरी भी नहीं, अखा खुलियां रह जाएँ डेड बॉडी दी, सुनो मैं की कह रहा, तुम जाने संस्कार से ना, अखा खुलियां रह जाए, पता क्यों खुलियां रह जाए, जो लास्ट कपड़े है
ਜਿਹੜਾ ਖੱਫਣ ਜਿਹਨੂੰ ਪੰਜਾਬੀ 'ਚ ਕਹਿ ਦਿੰਦੇ ਹਾਂ ਉਹਦੇ ਪੇਕਿਆਂ ਤੋਂ ਆਉਂਦਾ, ਵੇਟ ਕਰਦੀ ਆ ਵੀ ਮੇਰੇ ਪੇਕਿਆਂ ਤੋਂ ਖੱਫਣ ਆਵੇ। ਉਹਦਾ ਹਸਬੈਂਡ 2 ਮੀਟਰ 'ਤੇ ਕੱਪੜਾ ਨਹੀਂ ਪਾ ਸਕਦਾ, ਜਿੱਥੇ ਉਹਨੇ ਕੁੱਟ ਖਾਧੀ, ਬੱਚੇ ਪੈਦਾ ਕੀਤੇ ਅਤੇ ਉਹਦੇ ਬੁੱਢੇ ਮਾਂ ਬਾਪ ਨੂੰ ਰੋਟੀ ਵੀ ਦਿੱਤੀ, ਇਹ ਵੀ ਕੈਂਸਰ ਹੈ, ਤਾਂ ਗੱਲ ਕੀਤੀ ਹੈ। ਉਹ ਖੱਫਣ ਜਿਹੜੇ ਲਾਸਟ ਕੱਪੜੇ ਆ ਨਾ, ਉਹ ਵੀ ਡੌਰੀ ਵਾਲੇ ਘਰੋਂ ਹੀ ਆਉਂਦੇ ਆ, ਪੇਕਿਆਂ ਤੋਂ, ਜਿੱਥੋਂ ਦਾਜ ਆਇਆ ਸੀ ਪਹਿਲਾਂ। ਆਹ ਤੁਹਾਡਾ ਸਮਾਜ ਹੈ, ਮੁੜ ਕੇ ਲੰਗਰ ਲਾ ਕੇ ਬਹਿ ਜਾਂਦੇ ਹਾਂ, ਜਗਰਾਤਾ ਲਾ ਕੇ ਬਹਿ ਜਾਂਦੇ ਹਾਂ। ਐਗਰੀ ਹੋ? ਬਿਲਕੁਲ। ਅਸੀਂ ਫੇਲ? ਟਾਕ ਟੂ ਮੀ, ਮੇਰਾ ਨੰਬਰ ਲਓ, worldcancercare.co.in ਤੋਂ। ਅਸੀਂ ਸਿਸਟਮ ਨੂੰ ਕਲੈਪਸ ਕਰੀ ਬੈਠੇ ਹਾਂ ਸਾਰਾ, ਅਸੀਂ ਡਰਦੇ ਹੀ ਨਹੀਂ ਰੱਬ ਤੋਂ। ਇੰਨੀ ਧੀ ਦੀ ਦੁਰਦਸ਼ਾ ਕਰ ਛੱਡੀ ਹੈ, ਹੁਣ ਵੀ ਮਰ ਜਾਂਦੀ ਹੈ ਰੁਲਦੀ ਰੁਲਦੀ ਵਿਚਾਰੀ। ਕਿੰਨੀ ਫੀਮੇਲ ਦੀ ਏਜ ਕੀ ਹੈ ਵੀ ਦੇਖ ਲਓ, ਐਵਰੇਜ ਏਜ ਕੱਢ ਕੇ, ਹਰਿਆਣੇ 'ਚ 56 ਹੀ ਰਹਿ ਗਈ ਜੀ ਐਵਰੇਜ ਏਜ, ਪੰਜਾਬ ਵਾਲਿਆਂ ਦੀ ਹੋਰ 2-4 ਸਾਲ ਆਊ ਵਿਚਾਰੀਆਂ ਦੀ। ਠੀਕ ਹੈ, ਮੈਂ ਮੇਲ ਇਜ਼ ਪ੍ਰੈਜੀਡੈਂਟ, ਬਹੁਤ ਘੱਟ ਮੈਂ ਫੀਮੇਲ ਦੇਖਦੀ ਹਾਂ ਸੁਬਹਾ ਸੈਰ ਕਰਨ ਦੀ। ਸਾਰੇ ਮੁੰਡੇ ਹੁੰਦੇ ਆ, ਵਾਈਫ ਨਹੀਂ ਜੀ, ਉਹਨੇ ਰੋਟੀ ਪਕਾਉਣੀ, ਬੱਚੇ ਸਕੂਲ ਭੇਜਣੇ ਆ, ਨਾਲੇ ਬੁੱਢੇ ਮਾਂ ਬਾਪ ਨੂੰ ਚਾਹ ਦੇਣੀ ਹੈ, ਫਿਰ ਹਸਬੈਂਡ ਆਣ ਕੇ ਸੈਰ ਕਰ। ਮੇਰੀ ਸ਼ਰਟ ਨਹੀਂ ਪ੍ਰੈਸ ਕੀਤੀ ਵੀ ਤੇਰੀ ਸਲੇਬ ਆ, ਉਹਦੇ ਵੀ ਉਹਨੇ ਰਾਈਟ ਹੈ। ਦਿਸ ਇਜ਼ ਅਨਦਰ ਕੈਂਸਰ, ਇਹ ਤਾਂ ਡਿਸਕਸ ਕੀਤਾ ਇਸ ਪਵਿੱਤਰ ਦਿਨ ਦੇ ਉੱਤੇ, ਬਾਬੇ ਨਾਨਕ ਦੇ ਉੱਤੇ। ਪਲੀਜ਼ ਇਸ 'ਤੇ ਹੀ ਪਹਿਰਾ ਕਰੋ, ਰਿਸਪੈਕਟ ਯੂਅਰ ਵਾਈਫ। ਘਰ ਨੂੰ ਔਰਤ ਚਲਾਉਂਦੀ ਹੈ, ਔਰਤ ਇੱਕ ਬੜੀ ਰਿਸਪੋਂਸੀਬਲ ਬਾਡੀ ਹੈ ਘਰ ਦੇ ਵਿੱਚ, ਔਰਤ ਦੀ ਸਭ ਤੋਂ ਵੱਧ ਮੌਤ ਹੋ ਰਹੀ ਹੈ ਕੈਂਸਰ ਕਰਕੇ। ਇਸ ਕਰਕੇ ਮੈਂ ਦੇਖਦਾ ਕੈਂਸਰ ਨੂੰ ਬੜੇ ਨੇੜੇ ਹੋ ਕੇ ਦੇਖਿਆ, ਬੜਾ ਦੁੱਖ ਤੁਹਾਡੇ ਨਾਲ ਫਰੋਲਿਆ। ਪਲੀਜ਼ ਇਹ ਪਵਿੱਤਰ ਦਿਨ ਮਨਾਉਣ ਦਾ ਤਾਂ ਹੀ ਫਾਇਦਾ, ਆਪਾਂ ਇਹਨਾਂ ਚੀਜ਼ਾਂ 'ਤੇ ਵੀ, ਇੱਕ ਰੀਤੀਆਂ ਨੂੰ ਵੀ ਦੂਰ ਕਰੀਏ। ਵੀ ਜੀ ਤੁਹਾਡਾ ਬਹੁਤ ਧੰਨਵਾਦ, ਤੁਸੀਂ ਬਹੁਤ ਵਧੀਆ ਟਾਈਮ ਦਿੱਤਾ, ਆਈ ਰੀਅਲੀ ਇੰਜੋਇਡ। ਮੈਂ ਮਾਫ਼ੀ ਵੀ ਮੰਗ ਲਾਂ, ਕੋਈ ਗੱਲ ਚੁੱਭ ਗਈ ਹੋਵੇ ਮੈਨੂੰ ਮਾਫ਼ ਕਰਿਓ, ਐਂਡ ਕੋਈ ਗੱਲਾਂ ਮੈਂ ਤੁਹਾਨੂੰ ਚਬੋ ਦੀਆਂ ਹੋਣ, ਮੈਂ ਹੁਣੇ ਮਾਫ਼ੀ ਮੰਗਦਾ ਤੁਹਾਡੇ ਤੋਂ। ਨਹੀਂ ਨਹੀਂ, ਮਾਫ਼ੀ ਦੀ ਕੋਈ ਗੱਲ ਨਹੀਂ, ਹਾਲਾਂਕਿ ਜੋ ਕਹਿੰਦੇ ਆ ਨਾ ਕਿ ਜੋ ਕੌੜੀ ਦਵਾਈ ਹੁੰਦੀ ਆ ਉਹੀ ਜ਼ਿਆਦਾ ਅਸਰ ਕਰਦੀ ਹੁੰਦੀ ਆ, ਇਸ ਕਰਕੇ ਤੁਹਾਡਾ ਵੀ ਧੰਨਵਾਦ, ਤੁਸੀਂ ਇੰਨੀਆਂ ਚੰਗੀਆਂ ਗੱਲਾਂ ਸਮਾਜ ਨੂੰ ਦੱਸੀਆਂ, ਸਾਡੇ ਦਰਸ਼ਕਾਂ ਨੂੰ ਦੱਸੀਆਂ। ਉਮੀਦ ਕਰਦੇ ਹਾਂ ਕਿ ਅਗਰ ਉਹ ਲੋਕ ਇਹ ਗੱਲਾਂ ਨੂੰ ਫੋਲੋ ਕਰਨਗੇ ਤਾਂ ਉਹਨਾਂ ਦਾ ਜੀਵਨ ਆ ਜੋ ਖੁਸ਼ਹਾਲ ਵੀ ਹੋਊਗਾ ਅਤੇ ਉਹ ਸਵਸਥ ਵੀ ਰਹਿਣਗੇ। ਤਾਂ ਇਸ ਲਈ ਕੁਲਵੰਤ ਸਿੰਘ ਧਾਲੀਵਾਲ, ਵਰਲਡ ਕੈਂਸਰ ਕੇਅਰ ਔਰਗਨਾਈਜੇਸ਼ਨ ਆ, ਉਸਦੇ ਗਲੋਬਲ ਬ੍ਰੈਂਡ ਅੰਬੈਸਡਰ ਨੇ, ਕੈਂਸਰ ਤੋਂ ਬਚਣਾ ਤਾਂ ਪਲੀਜ਼ ਇਹਨਾਂ ਗੱਲਾਂ 'ਤੇ ਜ਼ਰੂਰ ਗੌਰ ਫਰਮਾਇਓ। ਫਿਲਹਾਲ ਨਵੀਆਂ ਤਾਜ਼ੀਆਂ ਖਬਰਾਂ ਲਈ ਤੁਸੀਂ ਦੇਖਦੇ ਰਹੋ ਜਗਬਾਣੀ TV।